ਜੈਦਰ ਸਾਹਿਬ 10 ਸਾਲ ਹੋ ਗਏ, ਤੁਸੀਂ ਵੀ ਉਸ ਵੇਲੇ ਜੋ ਸੰਘਰਸ਼ ਹੋਇਆ ਉਹਦਾ ਇੱਕ ਵੱਡਾ ਕਿਤੇ ਨਾ ਕਿਤੇ ਤੁਹਾਡਾ ਯੋਗਦਾਨ ਰਿਹਾ, ਕਿਵੇਂ ਦੇਖਦੇ ਹੋ 10 ਸਾਲ ਹੋ ਗਏ ਨੇ, ਕੀ ਤੁਹਾਨੂੰ ਫਰਕ ਲੱਗਦਾ ਕਿ ਇਸ ਕਮੇਟੀ ਦੇ ਗਠਨ ਹੋਣ ਨਾਲ ਕੀ ਕੁਝ ਫਰਕ ਪਿਆ, ਕਿਸ ਲੈਵਲ ਤੇ ਪ੍ਰਬੰਧਾਂ ਦੇ ਵਿੱਚ ਤੁਹਾਨੂੰ ਲੱਗਦਾ ਹੈ ਕਿ ਚੀਜ਼ਾਂ ਨੂੰ ਬਦਲਿਆ ਗਿਆ? ਸਭ ਤੋਂ ਪਹਿਲਾਂ ਤਾਂ ਮੈਂ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ 10 ਸਾਲ ਪੂਰੇ ਹੋਣ ਤੇ 10ਵੇਂ ਸਥਾਪਨਾ ਦਿਵਸ ਤੇ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈ ਮੁਬਾਰਕ ਦੇਣਾ, ਜਿਨ੍ਹਾਂ ਨੇ ਇਸ ਕਮੇਟੀ ਦੀ ਸਥਾਪਨਾ ਲਈ ਆਪਣਾ ਯੋਗਦਾਨ ਪਾਇਆ, ਜਿਨ੍ਹਾਂ ਗੱਡੀਆਂ ਮੁਕੱਦਮੇ ਝੱਲੇ, ਸੰਘਰਸ਼ ਵਿੱਚ ਜਿਨ੍ਹਾਂ ਦਾ ਯੋਗਦਾਨ ਰਿਹਾ, ਅੱਜ ਉਹਨਾਂ ਦਾ ਸਨਮਾਨ ਵੀ ਕਰਨ ਜਾ ਰਹੇ ਹਾਂ ਜਿੰਨੇ ਇੱਥੇ ਪਹੁੰਚਣਗੇ, ਤਾਂ ਉਹਨਾਂ ਨੂੰ ਵੀ ਸਭ ਨੂੰ ਮੈਂ ਮੁਬਾਰਕ ਦੇਣਾ। ਰਹੀ ਗੱਲ ਫਰਕ ਦੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਡੀ ਸਿਰਮੌਰ ਸੰਸਥਾ, ਪਹਿਲਾਂ ਉਹਨਾਂ ਦੇ ਕੋਲ ਹੀ ਇਹ ਪ੍ਰਬੰਧ ਸੀ, ਪਰ ਜਦੋਂ 1966 ਦੇ ਵਿੱਚ ਪੰਜਾਬ ਹਰਿਆਣਾ ਵੱਖ ਵੱਖ ਸਟੇਟਾਂ ਬਣ ਗਈਆਂ ਤਾਂ ਉਸ ਵੇਲੇ ਜਿਹੜਾ ਫੈਸਲਾ ਆਇਆ ਸੀ ਉਹਦੇ ਵਿੱਚ ਸੀ ਕਿ ਹਰਿਆਣਾ ਆਪਣੀ ਵੱਖਰੀ ਕਮੇਟੀ ਬਣਾ ਸਕਦਾ। ਉਸ ਦੇ ਤਹਿਤ ਪਿਛਲੇ ਤਕਰੀਬਨ 2.5 ਦਹਾਕਿਆਂ ਤੋਂ ਹਰਿਆਣੇ ਦੇ ਸਿੱਖਾਂ ਨੇ ਸੰਘਰਸ਼ ਜਿਹੜਾ ਸੀ ਉਹ ਆਰੰਭਿਆ ਹੋਇਆ ਸੀਗਾ, ਜਿਸ ਸੰਘਰਸ਼ ਦੇ ਦੌਰਾਨ ਬਹੁਤ ਸਾਰੀਆਂ ਭੁੱਖ ਹੜਤਾਲਾਂ ਵੀ ਹੋਈਆਂ, ਆਪਣਾ ਰਾਹ ਰੋਕੂ ਅੰਦੋਲਨ ਵੀ ਹੋਏ, ਜੇਲ੍ਹਾਂ ਮੁਕੱਦਮੇ ਵੀ ਦਰਜ ਹੋਏ, ਜੇਲ੍ਹਾਂ ਵੀ ਕੱਟੀਆਂ। 2014 ਦੇ ਵਿੱਚ ਚੌਧਰੀ ਭੁਪਿੰਦਰ ਸਿੰਘ ਹੁੱਡਾ ਦੀ ਕਾਂਗਰਸ ਸਰਕਾਰ ਸੀਗੀ, ਉਹਨਾਂ ਨੇ ਸਿੱਖ ਸੰਗਤਾਂ ਦੀ ਮੰਗ ਅਨੁਸਾਰ ਆਪਣੇ ਚੋਣ ਮੈਨੀਫੈਸਟੋ ਦੇ ਵਿੱਚ ਵੀ ਇਸ ਨੂੰ ਪਾਇਆ ਸੀ ਕਿ ਅਸੀਂ ਸਾਡੀ ਸਰਕਾਰ ਬਣ ਤੇ ਕਮੇਟੀ ਸਥਾਪਿਤ ਕਰਾਂਗੇ। ਤਾਂ ਫਿਰ 2014 ਦੇ ਵਿੱਚ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਿਹੜਾ ਸੀ ਵਿਧਾਨ ਸਭਾ ਦੇ ਵਿੱਚ ਬਿੱਲ ਪਾਸ ਕਰਕੇ ਐਕਟ ਗੁਰਦੁਆਰਾ 2014 ਜਿਹੜਾ ਸੀ ਹਰਿਆਣਾ ਸਰਕਾਰ ਨੇ ਪਾਸ ਕੀਤਾ ਸੀ, ਉਦੋਂ ਅਸੀਂ 5 ਕੁ ਗੁਰਦੁਆਰਿਆਂ ਦਾ ਪ੍ਰਬੰਧ ਲੈਣ ਵਿੱਚ ਸਫਲ ਹੋਏ ਸਾਂ। ਤਾਂ ਕੁਰੂਕਸ਼ੇਤਰ ਵਿਖੇ ਜਿੱਥੇ ਸਾਡਾ ਐਕਟ ਅਨੁਸਾਰ ਮੁੱਖ ਦਫ਼ਤਰ, ਉੱਥੇ ਸੰਗਤਾਂ ਦਾ ਟਕਰਾਅ ਹੋ ਗਿਆ ਸੀ ਪੁਲਿਸ ਪ੍ਰਸ਼ਾਸਨ ਦੇ ਨਾਲ, ਤਾਂ ਉਹਦੇ ਕਰਕੇ ਸੁਪਰੀਮ ਕੋਰਟ ਦੇ ਵਿੱਚ ਜਿਹੜੀ ਰਿੱਟ ਪਾਈ ਸੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਪੋਂਸਰਡ ਹਰਭਜਨ ਸਿੰਘ ਮਸਾਣਾ ਮੈਂਬਰ ਸੀਗੇ ਉਹਨਾਂ ਨੇ, ਉਹਦੇ 'ਤੇ ਸੁਣਵਾਈ ਹੁੰਦਿਆਂ ਸਟੇਟਸ ਕੋ ਹੋ ਗਿਆ ਸੀ। ਸਟੇਟਸ ਕੋ ਜਿਹੜਾ ਸੀ ਤਕਰੀਬਨ 8 ਸਾਲ ਲਗਾਤਾਰ ਚੱਲਦਾ ਰਿਹਾ। ਤਾਂ ਜਿਸ ਵੇਲੇ 2020 ਦੇ ਵਿੱਚ ਮੈਨੂੰ ਮੁੱਖ ਸੇਵਾਦਾਰ ਸਰਬਸੰਮਤੀ ਦੇ ਨਾਲ ਸਾਡੇ ਜਨਰਲ ਹਾਊਸ ਨੇ ਬਣਾਇਆ, ਮੈਂ ਇਲੈਕਸ਼ਨ ਕਰਾਈ, ਫਿਰ ਵੋਟਾਂ ਦੇ ਬਹੁਮਤ ਨਾਲ ਮੈਨੂੰ ਮੁੱਖ ਸੇਵਾਦਾਰ ਬਣਾਇਆ, ਤਾਂ ਮੈਂ ਉਹਦੀ ਕਾਨੂੰਨੀ ਪੈਰਵਾਈ ਜਿਹੜੀ ਸੀ ਬਹੁਤ ਸਿੱਦਤ ਦੇ ਨਾਲ ਕੀਤੀ, ਕਦੇ ਚੰਡੀਗੜ੍ਹ ਕਦੇ ਦਿੱਲੀ ਹਰ ਦਰਵਾਜ਼ਾ ਖੜਕਾਇਆ ਤਾਂ ਕਿ ਹਰਿਆਣੇ ਦੇ ਸਿੱਖਾਂ ਦਾ ਜਿਹੜਾ ਹੱਕ ਆ ਸੇਵਾ ਸੰਭਾਲ ਦਾ ਉਹਨਾਂ ਨੂੰ ਮਿਲ ਸਕੇ। ਤਾਂ ਫਿਰ ਇਹ ਜਿਹੜਾ ਫੈਸਲਾ ਸੀਗਾ 2022 ਦੇ ਵਿੱਚ ਮਾਣਯੋਗ ਸੁਪਰੀਮ ਕੋਰਟ ਨੇ ਹਰਿਆਣਾ ਕਮੇਟੀ ਦੇ ਹਰਿਆਣੇ ਦੀਆਂ ਸੰਗਤਾਂ ਦੇ ਹੱਕ ਵਿੱਚ ਕਰ ਦਿੱਤਾ। ਤਾਂ ਉਸ ਵੇਲੇ ਤੋਂ ਇਹ ਪ੍ਰਬੰਧ ਜਿਹੜਾ ਸੀਗਾ ਹਰਿਆਣਾ ਕਮੇਟੀ ਦਾ ਹਰਿਆਣਾ ਦੀਆਂ ਸੰਗਤਾਂ ਦੇ ਹੱਥ ਆਇਆ। ਤਾਂ ਫਿਰ ਹਰਿਆਣਾ ਸਰਕਾਰ ਨੇ ਜਿਹੜੀ ਪਹਿਲੀ ਨੋਮੀਨੇਟ ਕਮੇਟੀ ਸੀਗੀ ਉਹ ਤਕਰੀਬਨ 8 ਸਾਲ ਚੱਲੀ, ਜਿਹੜੀ 18 ਮਹੀਨਿਆਂ ਲਈ ਬਣੀ ਸੀ ਕਿਉਂਕਿ ਕੇਸ ਸੁਪਰੀਮ ਕੋਰਟ 'ਚ ਸੀਗਾ। ਤਾਂ ਫਿਰ ਉਸ ਤੋਂ ਬਾਅਦ ਹਰਿਆਣਾ ਸਰਕਾਰ ਦੇ ਵੱਲੋਂ, ਕਿਉਂਕਿ ਉਸ ਵੇਲੇ ਬੀਜੇਪੀ ਦੀ ਸਰਕਾਰ ਆ ਚੁੱਕੀ ਸੀ, ਉਹਨਾਂ ਨੇ ਫਿਰ ਆਪਣੀ 38 ਮੈਂਬਰੀ ਕਮੇਟੀ ਨੋਮੀਨੇਟ ਕੀਤੀ, ਜਿਹਦੇ ਤਹਿਤ ਮਹੰਤ ਨੂੰ ਪ੍ਰਧਾਨ ਜਦੋਂ ਬਣਾਇਆ ਗਿਆ ਅਸੀਂ ਉਹਦਾ ਵਿਰੋਧ ਵੀ ਕੀਤਾ, ਸਾਡੇ 8-10 ਮਹੀਨੇ ਉਹਦੇ 'ਚ ਖਰਾਬ ਵੀ ਹੋਏ। ਜਦੋਂ ਹੋਇਆ ਜਨਰਲ ਹਾਊਸ ਦੇ ਵਿੱਚ ਸਾਡੇ ਜਨਰਲ ਹਾਊਸ ਦੇ ਮੈਂਬਰਾਂ ਨੇ ਇਲੈਕਸ਼ਨ ਕਰਵਾਈ, ਆਪਣੀ ਐਗਜੈਕਟਿਵ ਚੁਣੀ, ਤਾਂ ਉਸ ਵੇਲੇ ਤੋਂ ਧਰਮ ਪ੍ਰਚਾਰ ਦੀ ਜ਼ਿੰਮੇਵਾਰੀ ਵਿਦ ਐਗਜੈਕਟਿਵ ਜ਼ਿੰਮੇਵਾਰੀ ਜਿਹੜੀ ਸੀ ਦਾਸ ਕੋਲ ਆਈ। ਸਾਡੇ ਜਥੇਦਾਰ ਭੁਪਿੰਦਰ ਸਿੰਘ ਅਸੰਧ ਪ੍ਰਧਾਨ ਦੀ ਸੇਵਾ ਨਿਭਾ ਰਹੇ ਆ, ਨਾਲ 11 ਮੈਂਬਰੀ ਐਗਜੈਕਟਿਵ ਆ, ਅਤੇ ਸਾਡਾ 34 ਦਾ ਇਸ ਵੇਲੇ ਜਨਰਲ ਹਾਊਸ ਹੈ ਕਿਉਂਕਿ 3 ਅਸਤੀਫਾ ਦੇ ਗਏ ਸੀ ਔਰ 1 ਚੜ੍ਹਾਈ ਕਰ ਗਿਆ ਸੀ। ਤਾਂ ਜਿਹੜਾ ਬਦਲਾਵ ਆਇਆ ਉਹ ਇਹ ਆ ਕਿ ਹਰਿਆਣੇ ਦੇ ਸਿੱਖ ਸੰਗਤਾਂ ਦੇ ਹੱਕ ਦੇ ਵਿੱਚ ਜਿਹੜੀ ਲਹਿਰ ਉੱਠੀ ਸੀ ਇਹ ਕਮੇਟੀ ਹੋਂਦ 'ਚ ਆਉਣ ਦੇ ਨਾਲ, ਅੱਜ ਅਸੀਂ ਹਰਿਆਣੇ ਦੇ ਵਿੱਚ ਆਪਣੀਆਂ ਸੰਗਤਾਂ ਨੂੰ, ਪੀੜਤਾਂ ਨੂੰ,
ਜਾਂ ਐਜੂਕੇਸ਼ਨ ਜਾਂ ਸਿਹਤ ਸੇਵਾਵਾਂ 'ਚ ਉਹਨਾਂ ਦੀ ਸਹਾਇਤਾ ਕਰ ਸਕਦੇ ਹਾਂ ਸਰ, ਕਿਉਂਕਿ SGPC ਨੂੰ ਲੈ ਕੇ ਕਈ ਤਰ੍ਹਾਂ ਦੇ ਸਵਾਲ, ਹਾਲਾਂਕਿ SGPC ਕਹਿੰਦੀ ਹੈ ਕਿ ਇਹ ਧੜੇਬੰਦੀ ਹੈ ਜਿਹੜੀ ਇਸ ਤਰ੍ਹਾਂ ਸਵਾਲ ਚੁੱਕਦੀ ਹੈ, ਜਾਂ ਕਹਿੰਦੇ ਨੇ ਕਿ SGPC 'ਤੇ ਕਬਜ਼ਾ ਕਰਨਾ ਚਾਹੁੰਦੇ ਨੇ, ਤਾਂ ਕਈ ਤਰ੍ਹਾਂ ਦੇ ਸਵਾਲ ਸ਼ੰਕੇ ਜਿਹੜੇ ਤੁਹਾਨੂੰ ਲੱਗਦਾ ਸੀ ਕਿ ਤੁਸੀਂ ਜੇ SGPC ਇੱਥੇ ਕਰਨਾ ਚਾਹੁੰਦੀ ਧਰਮ ਪ੍ਰਚਾਰ ਨੂੰ ਲੈ ਕੇ, ਜਾਂ ਹੋਰ ਕਈ ਤਰ੍ਹਾਂ ਦੇ ਸਵਾਲ ਤੁਸੀਂ ਵੀ ਚੁੱਕਦੇ ਰਹੇ, ਹੁਣ ਹਰਿਆਣੇ ਦੇ ਵਿੱਚ ਪ੍ਰਬੰਧ ਵੱਖਰਾ, ਤਾਂ ਜਿਹੜੇ ਸਵਾਲ SGPC 'ਤੇ ਤੁਸੀਂ ਚੁੱਕਦੇ ਰਹੇ ਜਾਂ ਤੁਹਾਡੇ ਸਾਥੀ ਚੁੱਕਦੇ ਰਹੇ, ਤਾਂ ਕੀ ਤੁਸੀਂ ਉਹਦੇ ਵਿੱਚ ਕੋਈ ਸੁਧਾਰ ਕਰਨ ਤੁਹਾਨੂੰ ਲੱਗਦਾ ਕਿ ਤੁਸੀਂ ਚੀਜ਼ਾਂ ਪ੍ਰਚਾਰ ਨੂੰ ਲੈ ਕੇ, ਸਿੱਖੀ ਦੇ ਪ੍ਰਚਾਰ ਨੂੰ ਲੈ ਕੇ ਕੋਈ ਕਦਮ ਚੁੱਕੇ ਗਏ? ਉਹੀ ਗੱਲ ਮੈਂ ਕਰਨ ਲੱਗਿਆ ਸੀ ਅੱਗੇ, ਤੁਸੀਂ ਕੁਐਸਚਨ ਉਹੀ ਕਰ ਦਿੱਤਾ ਕਿ ਜਦੋਂ ਅਸੀਂ ਆਹ 3 ਮਹੀਨੇ ਪਹਿਲਾਂ ਜਰਨਲ ਹਾਊਸ ਦੇ ਵਿੱਚ ਨਵੀਂ ਐਗਜੈਕਟਿਵ ਦੀ ਚੋਣ ਕੀਤੀ, ਧਰਮ ਪ੍ਰਚਾਰ ਦੀ ਸੇਵਾ ਮੈਨੂੰ ਜਰਨਲ ਹਾਊਸ ਨੇ ਬਖਸ਼ੀ, ਤਾਂ ਅਸੀਂ ਮੁੱਖ ਦਫ਼ਤਰ ਸਾਡੇ ਧਰਮ ਪ੍ਰਚਾਰ ਦਾ ਗੁਰੂ ਖੇਤਰ ਆ, 3 ਦਫ਼ਤਰ ਹੋਰ, 2 ਅਸੀਂ ਸਥਾਪਿਤ ਕਰ ਚੁੱਕੇ ਹਾਂ, 1 ਸਿਰਸਾ ਔਰ 1 ਨਾਢਾ ਸਾਹਿਬ ਔਰ 1 ਜੀਂਦ ਕਰਨ ਜਾ ਰਹੇ ਹਾਂ। ਜਥੇ ਭਰਤੀ ਕੀਤੇ ਆ, ਰਾਗੀ ਜਥੇ, ਢਾਡੀ ਜਥੇ, ਕਵੀਸ਼ਰ ਜਥੇ, ਪ੍ਰਚਾਰਕ ਜਥੇ, ਅਜੇ 4 ਦਿਨ ਪਹਿਲਾਂ ਹੀ ਤਕਰੀਬਨ 35 ਦੇ ਕਰੀਬ ਸਿੰਘ ਜਿਹੜੇ ਹੋਰ ਭਰਤੀ ਕੀਤੇ ਆ ਪ੍ਰਚਾਰਕ। ਇੱਕ ਤਾਂ ਧਰਮ ਪ੍ਰਚਾਰ ਵੱਡੀ ਪੱਧਰ 'ਤੇ ਸ਼ੁਰੂ ਹੋ ਗਿਆ, ਦੂਸਰਾ ਅਸੀਂ ਵੱਖਰਾ ਇਹ ਕੀਤਾ ਕਿ ਸਾਡੇ ਕੋਲ 3 ਸਕੂਲ 2 ਕਾਲਜ ਆ, ਕਾਲਜਾਂ ਦੇ ਵਿੱਚ ਅਸੀਂ ਅੰਮ੍ਰਿਤਧਾਰੀ ਸਿੱਖ ਬੱਚਿਆਂ ਨੂੰ ਵਜ਼ੀਫੇ ਸ਼ੁਰੂ ਕਰਤੇ, ਸਕੂਲਾਂ ਦੇ ਵਿੱਚ ਅਸੀਂ ਬਿਲਕੁਲ ਐਡਮਿਸ਼ਨ ਅਤੇ ਟਿਊਸ਼ਨ ਹੀ ਫ੍ਰੀ ਕਰਤੀ, ਅੰਮ੍ਰਿਤਧਾਰੀ ਮਾਂ ਬਾਪ ਅੰਮ੍ਰਿਤਧਾਰੀ ਸਿੱਖ ਬੱਚੇ ਉਹਨਾਂ ਦੀ ਵਿੱਦਿਆ ਫ੍ਰੀ ਕਰਤੀ ਆਪਣੇ 3 ਸਕੂਲਾਂ ਦੇ ਅੰਦਰ, ਔਰ ਦੂਸਰਾ ਨਾਲ ਹੀ ਅਸੀਂ ਜਿਹੜਾ ਹੈ ਜਿਹੜੇ ਟੈਲੈਂਟਡ ਬੱਚੇ ਆ, ਚਾਹੇ ਉਹ ਖੇਡਾਂ ਦੇ ਖੇਤਰ, ਚਾਹੇ ਉਹ ਵਿੱਦਿਆ ਦੇ ਖੇਤਰ, ਜਿਨ੍ਹਾਂ ਨੇ ਮਾਰ ਕੇ ਮਾਰੇ ਆ, ਕੋਈ ਜਿਹੜਾ ਹੈਗਾ ਵਾ ਮੱਲਾਂ ਮਾਰੀਆਂ ਨੇ, ਉਹਨਾਂ ਨੂੰ ਵਿਸ਼ੇਸ਼ ਵਜ਼ੀਫੇ ਜਿਹੜੇ ਹੌਸਲਾ ਅਫਜਾਈ ਵਾਸਤੇ ਅਸੀਂ ਦਿੱਤੇ ਆ। ਇੱਕ ਤਾਂ ਇਹ ਜਿਹੜਾ ਫਰਕ ਆਇਆ, ਦੂਸਰਾ ਗੁਰੂ ਘਰਾਂ ਦੇ ਪ੍ਰਬੰਧ ਦੇ ਰੱਖ ਰਖਾਵ 'ਚ ਕਿ ਕਾਰ ਸੇਵਾਵਾਂ ਜੰਗੀ ਪੱਧਰ 'ਤੇ ਸ਼ੁਰੂ ਕੀਤੀਆਂ ਬਹੁਤ ਜਗ੍ਹਾ 'ਤੇ, ਸਰਾਵਾਂ ਜਿਵੇਂ ਕੁਰੂਕਸ਼ੇਤਰ ਵਿਖੇ, ਫਿਰ ਪੰਜੋਖਰਾ ਸਾਹਿਬ ਵਿਖੇ, ਫਿਰ ਅੰਬਾਲਾ ਵਿਖੇ ਸਰਾਵਾਂ, ਫਿਰ ਸਟਾਫ ਦੇ ਜਿਹੜੇ ਹੈਗੇ ਆ ਰਿਹਾਇਸ਼ੀ ਮਕਾਨ, ਦਫ਼ਤਰ, ਲਾਇਬ੍ਰੇਰੀਆਂ ਅਸੀਂ ਸਥਾਪਿਤ ਕਰ ਰਹੇ। ਇਸ ਦੇ ਨਾਲ ਹੀ ਮੁਲਾਜ਼ਮਾਂ ਦੀ ਤਨਖਾਹ ਵਿੱਚ ਵੀ ਵਾਧਾ, ਪਹਿਲਾਂ ਮੁਲਾਜ਼ਮ ਜਿਹੜੇ ਸੀ ਬੜੀ ਬੁਰੀ ਹਾਲਤ ਵਿੱਚ ਸੀ, 5-5, 6-6 ਹਜ਼ਾਰ ਦੀ ਤਨਖਾਹ 'ਤੇ ਮੁਲਾਜ਼ਮ ਜਿਹੜੇ ਸੀਗੇ ਉਹ ਕੰਮ ਕਰ ਰਹੇ ਸੀਗੇ, ਉਹਨਾਂ ਦੀ ਅਸੀਂ ਭਰਤੀ ਹੋਈ ਹੁਣ ਤਕਰੀਬਨ 11 ਹਜ਼ਾਰ ਤੋਂ ਸ਼ੁਰੂ ਕਰ ਦਿੱਤੀ। SGPC ਚੋਣਾਂ ਨੂੰ ਲੈ ਕੇ ਵੀ ਜਿਹੜਾ ਹੈਗਾ ਤਿਆਰੀ ਮੰਨੀ ਜਾ ਰਹੀ ਹੈ, ਕਿਵੇਂ ਦੇਖਦੇ ਹੋ SGPC ਚੋਣਾਂ ਨੇੜੇ ਨੇ, ਵੋਟਾਂ ਬਣਾਉਣ ਦੀ ਪ੍ਰਕਿਰਿਆ ਨੂੰ ਲੈ ਕੇ ਜਿਹੜਾ ਹੈਗਾ ਲਗਾਤਾਰ ਕਾਰਵਾਈ ਜਾਰੀ ਹੈ? ਦੇਖੋ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵੀ ਜਿਹੜੀਆਂ ਨੇ ਉਹ ਤਕਰੀਬਨ ਡਿਊ ਆ 12-13 ਸਾਲ ਹੋ ਗਏ ਆ, ਹੋਣੀਆਂ ਚਾਹੀਦੀਆਂ। ਸਾਡੀ ਹਰਿਆਣਾ ਦੀਆਂ ਵੀ ਜਿਹੜੀਆਂ ਵੋਟਾਂ ਨੇ ਉਹ ਤਕਰੀਬਨ 20-25 ਲੱਖ ਸਿੱਖ ਆ, ਪਰ ਵੋਟਾਂ 2-2.5 ਲੱਖ ਬਣੀਆਂ, ਉਹਦੇ 'ਚ ਵੀ ਪਤਤ ਅਤੇ ਗੈਰ ਸਿੱਖਾਂ ਦੀਆਂ ਬਣ ਗਈਆਂ, ਉਹਨਾਂ 'ਚ ਵੀ ਸੁਧਾਈ ਕਰਕੇ ਅਸੀਂ ਹਰਿਆਣਾ ਸਰਕਾਰ ਤੋਂ ਮੰਗ ਕੀਤੀ ਹੈ ਕਿ ਹਰਿਆਣਾ ਸਰਕਾਰ ਸਾਡੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਆ ਉਹਦੀਆਂ ਚੋਣਾਂ ਕਰਾਵੇ ਵੋਟਾਂ ਦੀ ਸੁਧਾਈ ਕਰਕੇ, ਔਰ ਸਿੱਖਾਂ ਨੂੰ ਵੀ ਅਪੀਲ ਕੀਤੀ ਹੈ ਕਿ ਆਪੋ ਆਪਣੀ ਵੋਟ ਬਣਾਉਣ। ਇਹ ਜਿਹੜੀ 18 ਮਹੀਨੇ ਦੀ ਕਮੇਟੀ ਬਣੀ ਸੀ ਇਹਦਾ ਵੀ ਟਨਿਓਰ 1.5 ਮਹੀਨਾ ਪਹਿਲਾਂ ਪੂਰਾ ਹੋ ਗਿਆ, ਹੁਣ ਸਰਕਾਰ 'ਤੇ ਡਿਪੈਂਡ ਕਰਦਾ ਕਿ ਉਹਨੇ ਇਹਨੂੰ ਜਿਹੜਾ ਐਕਸਟੈਂਡ ਕਰਨਾ ਕਿ ਜਾਂ ਜਿਹੜੀ ਹੈਗਾ ਵਾ ਇਲੈਕਸ਼ਨ ਕਰਾਉਣੀ, ਪਰ ਅਸੀਂ ਇਲੈਕਸ਼ਨ ਦੀ ਮੰਗ ਕਰਦੇ ਹਾਂ ਕਿ ਵੋਟਾਂ ਦੀ ਸਧਾਈ ਕਰਾ ਕੇ ਸਰਕਾਰ ਹਰਿਆਣਾ ਇਹਦੀ ਇਲੈਕਸ਼ਨ ਕਰਾਵੇ, ਤਾਂ ਕਿ ਸੰਗਤਾਂ ਆਪਣੇ ਨੁਮਾਇੰਦੇ ਚੁਣ ਕੇ ਜਿਹੜੇ ਭੇਜਣ, ਔਰ ਸਿੱਖ ਪਰਿਵਾਰਾਂ ਦੀ ਮਦਦ। ਤੁਸੀਂ ਦੇਖੋ ਕਿਤੇ ਵੀ ਕਿਤੇ ਕੋਈ ਗੱਲ ਹੋਈ ਆ, ਜਿਵੇਂ ਕੈਥਲ ਹੋਈ ਸੀ ਉੱਥੇ ਜਾ ਕੇ ਹਰਿਆਣਾ ਕਮੇਟੀ ਖੜੀ, ਅਮੂਪੁਰ ਦੀ ਘਟਨਾ ਉੱਥੇ ਕਮੇਟੀ ਖੜੀ ਆ, ਫਰਕ ਇਹ ਆਇਆ ਕਿ ਇੱਥੇ ਹਰਿਆਣੇ 'ਚ ਜਥੇਦਾਰ ਕੌਂਕੇ ਸਾਹਿਬ ਦਾ ਸ਼ਹੀਦੀ ਦਿਹਾੜਾ ਅਸੀਂ ਮਨਾਇਆ, ਜੂਨ 84 ਦਾ ਜਿਹੜਾ ਘੱਲੂਘਾਰ ਆ ਵੱਡੀ ਪੱਧਰ 'ਤੇ ਮਨਾਇਆ, ਅੱਜ ਸਥਾਪਨਾ ਦਿਵਸ, ਪਹਿਲਾਂ ਵੀ 8ਵਾਂ ਸਥਾਪਨਾ ਦਿਵਸ ਮੇਰੀ ਦੇਖ ਰੇਖ ਦੇ ਵਿੱਚ ਗੁਰਦੁਆਰਾ ਸਾਹਿਬ ਪਾਤਸ਼ਾਹੀ 6ਵੀਂ ਅਤੇ 9ਵੀਂ ਚੀਕਾ 'ਚ ਵੱਡੀ ਪੱਧਰ 'ਤੇ ਮਨਾਇਆ। ਸੋ ਇਹ ਜਿਹੜੇ
ਹਰ ਕਿਆ ਬਦਲਾਵ ਆ। ਪਿਛਲੇ ਦਿਨੀ ਇੱਕ ਕੁਝ ਪਰਿਵਾਰਾਂ ਦੇ ਘਰ ਜਿਹੜੇ ਢਾਏ ਗਏ ਉਹਨੂੰ ਲੈ ਕੇ SGPC ਤੁਹਾਡੇ ਤੇ ਹਮਲਾਵਰ ਨਜ਼ਰ ਆਈ ਹਰਿਆਣਾ ਗੁਰਦੁਆਰਾ ਮੈਨੇਜਮੈਂਟ ਕਮੇਟੀ ਤੇ, ਉਹ ਕਹਿੰਦੇ ਨੇ ਕਿ ਅਸੀਂ ਜਾ ਕੇ ਮਦਦ ਲਈ ਪਹੁੰਚੇ ਪਰ ਤੁਸੀਂ ਚੁੱਪ ਰਹੇ। ਦੇਖੋ ਉਹਨਾਂ ਦਾ ਜਿਹੜਾ ਫਰਜ਼ੀ ਆ, ਪਰ ਇਹਨਾਂ ਨੂੰ ਇਹ ਜਾਣਕਾਰੀ ਦੀ ਘਾਟ ਸੀ ਕਿ ਉਹਨਾਂ ਤੋਂ ਪਹਿਲਾਂ ਅਸੀਂ ਪਹੁੰਚ ਗਏ, ਸਾਡੀਆਂ ਰਸਤਾਂ ਬਸਤਾਂ ਵੀ ਉੱਥੇ ਪਹਿਲਾਂ ਪਹੁੰਚ ਗਈਆਂ, ਉਹ ਪਰਿਵਾਰ ਵੀ ਸਾਡੇ ਹੈੱਡਕੁਆਰਟਰ ਪਹੁੰਚ ਗਏ। ਮੈਂ ਵਿਦੇਸ਼ ਸੀਗਾ, ਮੈਂ ਵਿਦੇਸ਼ ਤੋਂ ਆਉਂਦਿਆਂ ਹੀ ਪ੍ਰਧਾਨ ਸਾਹਿਬ ਐਗਜੈਕਟਿਵ ਸਮੁੱਚੀ ਕਮੇਟੀ ਨੂੰ ਲੈ ਕੇ ਅਸੀਂ ਉੱਥੇ ਪਹੁੰਚੇ ਅਤੇ ਅਸੀਂ ਹੁਣ ਇੱਕ ਦੋ ਦਿਨਾਂ 'ਚ ਸਾਡੀ ਮੀਟਿੰਗ ਹੋ ਰਹੀ ਆ ਮੁੱਖ ਮੰਤਰੀ ਹਰਿਆਣਾ ਦੇ ਨਾਲ। ਅਸੀਂ ਉਹਨਾਂ ਨੂੰ ਲੈਟਰ ਲਿਖਿਆ ਕਿ ਉਹ ਜਿਹੜੀ ਜਗ੍ਹਾ ਜਿਹੜੀ ਉਹਨਾਂ ਕੋਲ ਲੀਜ਼ 'ਤੇ ਸੀ ਪਹਿਲਾਂ, ਵੀ ਉਹਨਾਂ ਨੂੰ ਵਾਪਸ ਕੀਤੀ ਜਾਵੇ। ਜੇਕਰ ਹਰਿਆਣਾ ਸਰਕਾਰ ਨਹੀਂ ਕਰਦੀ ਤਾਂ ਉਹਦਾ ਅਸੀਂ ਜਿਹੜਾ ਹੈਗਾ ਵਾ ਕਲੈਕਟਰ ਰੇਟ 'ਤੇ ਪੈਸੇ ਭਰ ਕੇ ਉਹਨਾਂ ਪਰਿਵਾਰਾਂ ਨੂੰ ਘਰਾਂ ਵਾਸਤੇ ਜਗ੍ਹਾ ਵੀ ਦਿਵਾਵਾਂਗੇ ਔਰ ਉਹਨਾਂ ਦੇ ਘਰ ਪਾਉਣ ਦੇ ਵਿੱਚ ਮਦਦ ਵੀ ਕਰਾਂਗੇ ਔਰ ਬਕਾਇਦਾ ਉਹਨਾਂ ਦੀ ਕਾਨੂੰਨੀ ਲੜਾਈ ਵਾਸਤੇ ਵੀ ਸਾਡੀ ਵਕੀਲਾਂ ਦੀ ਟੀਮ ਐਡਵੋਕੇਟ ਸਾਡੇ ਰਾਜਪਾਲ ਸਿੰਘ ਉੱਥੇ ਪਹੁੰਚੇ, ਸਾਰੇ ਕਾਗਜ਼ ਪੱਤਰ ਲਏ ਆ ਹਰ ਤਰ੍ਹਾਂ ਦੇ ਨਾਲ ਉਹਨਾਂ ਪਰਿਵਾਰ ਅਸੀਂ ਤਾਂ ਗੈਰ ਸਿੱਖਾਂ ਦੀ ਵੀ ਮਦਦ ਕਰਦੇ ਹਾਂ। ਜਿਹੜੀ ਤੁਸੀਂ ਕਹਿ ਰਹੇ ਹੋ ਕਿ ਉਹਨਾਂ ਦੇ ਘਰਾਂ ਦੇ ਲਈ ਜਗ੍ਹਾ ਤੁਸੀਂ ਖਰੀਦ ਕਰੋਗੇ, ਇਹ ਗੁਰਦੁਆਰਾ ਕਮੇਟੀ ਦੇ ਵੱਲੋਂ ਖਰੀਦ ਕੀਤੀ ਜਾਵੇਗੀ ਜਾਂ ਕਿਸ ਤਰ੍ਹਾਂ? ਹਾਂ ਬਿਲਕੁਲ, ਅਸੀਂ ਉੱਥੇ ਜਦੋਂ ਸਾਡੇ ਪ੍ਰਧਾਨ ਸਾਹਿਬ ਐਗਜੈਕਟਿਵ ਸਾਰੇ ਅਸੀਂ ਪਹੁੰਚੇ ਤਾਂ ਉੱਥੇ ਉਹ ਪਰਿਵਾਰ ਰਘਵੀਰ ਸਿੰਘ ਹੋਣੀ ਸਰਦਾਰ ਬੂਟਾ ਸਿੰਘ ਸਾਨੂੰ ਮਿਲੇ ਔਰ ਉਹਨਾਂ ਨਾਲ ਵਚਨ ਬਲਾਸ ਹੋਇਆ ਕਿ ਜੇਕਰ ਹਰਿਆਣਾ ਸਰਕਾਰ ਇਹ ਜਗ੍ਹਾ ਛੱਡ ਦੇਵੇ, ਕਿਉਂਕਿ ਉਹ ਚਰਾਨ ਦੀ ਜਗ੍ਹਾ ਆ, ਤਾਂ ਜੇਕਰ ਸਰਕਾਰ ਉਹ ਦੇ ਦੇਵੇਗੀ, ਸਰਕਾਰ ਨੇ ਹੋਰ ਵੀ 100-100 ਗਜ਼ ਦੇ ਪਲਾਟ ਜਿਹੜੇ ਆ ਲੋਕਾਂ ਨੂੰ ਦਿੱਤੇ ਆ। ਸਰਕਾਰ ਲੋਕਾਂ ਦੇ ਘਰ ਢਾਉਂਦੀ ਨਹੀਂ ਬਣਾਉਂਦੀ ਆ, ਆਵਾਸ ਯੋਜਨਾ, ਪ੍ਰਧਾਨ ਮੰਤਰੀ ਆਵਾਸ ਯੋਜਨਾ, ਕਿੰਨਾ ਕੁਛ ਆਉਂਦਾ। ਇਹ ਜਿਹੜੇ ਘਰ ਢਾਏ ਗਏ ਆ ਬਹੁਤ ਹੀ ਮੰਦਭਾਗੀ ਗੱਲ, ਅਸੀਂ ਇਹਦੀ ਨਿਖੇਧੀ ਵੀ ਕੀਤੀ ਔਰ ਅਸੀਂ ਇਹ ਜਿਹੜਾ ਘਰ ਆ ਬਣਾਉਣ ਵਾਸਤੇ ਕਦਮ ਚੱਕ ਰਹੇ ਹਾਂ ਕਿ ਜੇਕਰ ਇਹ ਦੇ ਦਿੱਤੀ ਜਗ੍ਹਾ ਸਰਕਾਰ ਨੇ ਤਾਂ ਠੀਕ ਆ, ਨਹੀਂ ਤਾਂ ਅਸੀਂ ਹਰਿਆਣਾ ਕਮੇਟੀ ਵੱਲੋਂ ਇਹਦੇ ਜਿਹੜਾ ਹੈਗਾ ਉਹ ਜਗ੍ਹਾ ਖਰੀਦ ਕੇ ਉਹਨਾਂ ਪਰਿਵਾਰਾਂ ਨੂੰ ਦਿਆਂਗੇ।